हाँ जी, वाहिगुरु जी का खालसा, वाहिगुरु जी की फतेह। आ थोनूं भाई कलाड़े का दृश्य दिखा रहे हैं, जिथे गन्ने नूं सब तो पहला पीड़िया जांदा, उहदे विचों रौ निकलदी है। इत्थों रौ निकल के आ पैप राहीं थले दबी पैप दे विच दी राहीं आ खेल विच आउंदी है। आ खेल विच सारी रौ इकट्ठी हुंदी है, इहदे विच मैल भी है। उस तों बाद इह खेल चों आ भट्ठी च सब तों पहला कड़ाही च जांदी है। एक कड़ाई दे विच्चों दूजे कड़ाई च पाई जाती है, दूजे कड़ाई दे विच्च इहदी सारी मैल है जिन्नी लाई जाती है, फिर तीजे कड़ाई च जदों पैंदा तीजे कड़ाई दे विच्च जाके इहदा गुड़ बणदा। इह पूरा कह लो कि दृश्य है। इत्थों चलदा कम, इत्थों चल के आ इत्थे सारा इह कलाड़ा लग्गिया विआ। ते कड़ाले नूं चलाउण वाले साडे बापू मंगल सिंह जी, उहनां दा नंबर तुसीं नोट कर लो भाई, 9815538431। इस नंबर ते संपर्क करके तुसी आ सकते हो उन्हां दे कोले, ते तुहाडी बापू जी नाल भी गल कराउने आ। ये देखो जी, आ पहला कड़ाया, आ दूजे कड़ाए दे विच इह रौ उबल रही है, ते इहदे तों मैल चक्की जा रही आ। बापू जी आ वे मैल चक के दिखाउंदे आ, जिवें आ मैल इकट्ठी कीती, मैल इकट्ठी करके इहनूं अलग पासे बाल्टी दे विच पा लिया जांदा। इदां सारे इह रौ नूं साफ कीता जांदा है। ਉਦੋਂ ਬਾਅਦ ਅਗਲੇ ਕੜਾਹੀ ਦੇ ਵਿੱਚ ਇਹ ਰੋ ਉਬਲ ਕੇ ਇਹਦਾ ਗੁੜ ਤਿਆਰ ਹੁੰਦਾ। ਹੁਣ ਬਾਪੂ ਜੀ ਨਾਲ ਗੱਲਬਾਤ ਕਰਾਉਂਦੇ ਹਾਂ, ਬਾਪੂ ਜੀ ਜਿਹੜੇ ਕਲਾੜਾ ਚਲਾ ਰਹੇ ਨੇ। ਹਾਂਜੀ ਬਾਪੂ ਜੀ, ਕੀ ਕਹਿਣਾ ਚਾਹੋਗੇ? ਮਰਜ਼ੀ ਗੁੜ ਬਣਾਉਣਾ, ਜੇ ਕਿਸੇ ਬਣਾਉਣਾ, ਜਿਹੜਾ ਮਰਜ਼ੀ ਆ ਜਾਵੇ ਬਣਾ ਲਵੇ, ਲੇਬਰ ਉਹਨਾਂ ਦੀ ਹੋਊਗੀ, ਬੰਦੇ ਉਹਨਾਂ ਦੇ ਹੋਣਗੇ, ਗੰਨੇ ਲੈ ਆਉਣ, ਗੁੜ ਬਣਾਉਣ ਅਤੇ ਖਾਣ ਸਿਆਲ 'ਚ ਗਰਮ ਗਰਮ। ਠੀਕ ਆ ਜੀ, ਅਤੇ ਟਾਈਮ ਲੈ ਕੇ ਆਉਣ ਜੀ? ਹਾਂ ਟਾਈਮ ਤਾਂ ਲੈਣਾ, ਤੂੰ ਦੱਸਣਾ ਗੁੜ ਦੇ ਬਾਪੂ ਜੀ ਫਾਇਦੇ ਕੀ ਕੀ ਆ? ਇਹਦੇ ਫਾਇਦੇ, ਠੰਡ ਨਹੀਂ ਹੁੰਦੀ ਖਾਣ ਨਾਲ, ਬੱਚਿਆਂ ਨੂੰ ਖੰਘ ਜ਼ੁਕਾਮ ਕੁਛ ਨਹੀਂ ਲੱਗਦਾ, ਸ਼ੂਗਰ ਸ਼ਾਗਰ ਨਹੀਂ ਹੁੰਦਾ, ਜਿੰਨਾ ਮਰਜ਼ੀ ਗੁੜ ਦਾ ਮਿੱਠਾ ਖਾਣ ਕੋਈ ਪਰਵਾਹ ਨਹੀਂ। ਠੀਕ ਆ ਜੀ। ਹਾਂ ਭਾਈ, ਪਿੰਡ ਚੰਦੜ ਹੈ, ਕੱਬਰ ਵਛਾ ਰੋਡ 'ਤੇ ਪੰਥ ਖਾਲਸਾ ਨਸ਼ਾ ਮੁਕਤੀ ਕੇਂਦਰ ਦੇ ਜਮ੍ਹਾਂ ਨਾਲ ਇਹ ਕਲਾੜਾ ਚੱਲਦਾ। ਚੰਦੜ ਪਿੰਡ ਦੇ ਵਿੱਚ ਆ ਕੇ ਫਰੀਦਕੋਟ ਮੋਗੇ ਦੇ ਫਿਰੋਜ਼ਪੁਰ ਇਲਾਕੇ ਦਾ ਕੋਈ ਵੀ ਵੀਰ ਸੱਜਣਾ ਜਿਹਨੇ ਆਪਦਾ ਘਰ ਦਾ ਗੁੜ ਕਢਾਉਣਾ, ਉਹ ਇੱਥੇ ਆ ਕੇ ਸੰਪਰਕ ਕਰ ਸਕਦਾ ਹੈ, ਗੁੜ ਕਢਾ ਸਕਦਾ ਹੈ, ਜਿੱਥੇ ਕਿ ਕੁਦਰਤੀ ਤੌਰ ਕੋਈ ਮਿਲਾਵਟ ਨਹੀਂ ਹੁੰਦੀ, ਵਿੱਚ ਕੋਈ ਉੱਦਾਂ ਦੀ ਚੀਜ਼ ਨਹੀਂ ਪਾਈ ਜਾਂਦੀ। ਇੱਕ ਸ਼ੁੱਧ ਤਰੀਕੇ ਨਾਲ ਕਹਿ ਲਓ ਕਿ ਦੇਸੀ ਤਰੀਕੇ ਨਾਲ ਗੁੜ ਕੱਢਿਆ ਜਾਂਦਾ ਘਰ ਦਾ ਗੁੜ ਕਢਾਉਣ ਲਈ। ਬਾਪੂ ਜੀ ਨਾਲ ਸੰਪਰਕ ਕਰੋ, ਦੁਬਾਰਾ ਫਿਰ ਤੁਹਾਨੂੰ ਨੰਬਰ ਦਿਖਾ ਦਿੰਦੇ ਹਾਂ ਸਕਰੀਨ 'ਤੇ, ਜੇ ਕਿਸੇ ਨੂੰ ਲੋੜ ਹੈ ਭਾਈ ਸੰਪਰਕ ਕਰਕੇ ਆ ਸਕਦਾ। ਨੰਬਰ ਨੋਟ ਕਰ ਲਓ, 9815538431, ਬਾਪੂ ਮੰਗਲ ਸਿੰਘ ਪਿੰਡ ਚੰਦੜ। ਜਦੋਂ ਗੁੜ ਤਿਆਰ ਹੋ ਗਿਆ, ਕਾਲਾ ਹੋ ਕੇ ਇਹਨੇ ਕੱਢਣਾ ਸ਼ੁਰੂ ਹੁੰਦਾ, ਅਤੇ ਕੱਢ ਕੇ ਇਹਨੂੰ ਇਹਦੇ ਵਿੱਚ ਪਾ ਲਿਆ ਜਾਂਦਾ। ਜਦੋਂ ਇਹਦੇ ਵਿੱਚ ਪਾ ਲਿਆ ਜਾਂਦਾ, ਅਤੇ ਉਸ ਤੋਂ ਬਾਅਦ ਇਹਨੂੰ ਠਾਰ ਕੇ ਅਤੇ ਚੱਕ ਚੱਕ ਕੇ ਗੁੜ ਨੂੰ ਭੇਲੀਆਂ ਬਣਾਈਆਂ ਜਾਂਦੀਆਂ। ਆਹ ਦੇਖੋ ਜੀ, ਚੱਕ ਕੇ ਇੱਦਾਂ ਢੇਰੀਆਂ ਲਾਈਆਂ ਜਾਂਦੀਆਂ। ਬਸ ਜਦੋਂ ਇਹ ਕਹਿ ਲਓ ਠਰ ਜਾਂਦਾ, ਸੁੱਕ ਜਾਂਦਾ, ਇਹ ਆਪਾਂ ਆਮ ਜਿੱਦਾਂ ਗੁੜ ਦੇਖਦੇ ਹਾਂ ਉਹ ਸਿਚੁਏਸ਼ਨ ਦੇ ਵਿੱਚ ਆ, ਅਤੇ ਗਰਮ ਗਰਮ ਗੁੜ ਖਾਣਾ ਹੋਵੇ ਇੱਥੇ ਆ ਕੇ ਭਾਈ ਜਦੋਂ ਮਰਜ਼ੀ ਖਾ ਸਕਦੇ ਹਾਂ। ਆਹ ਦੇਖੋ, ਇੰਨਾ ਕੁ ਮੈਂ ਚੱਕ ਲਿਆ, ਅਤੇ ਹੁਣ ਮੈਂ ਤੁਹਾਨੂੰ ਖਾ ਕੇ ਦਿਖਾਊਂਗਾ, ਇਹਨੂੰ ਖਾ ਸਕਦੇ ਹਾਂ।